ਤਰਨ ਤਾਰਨ ਦੇ ਨਜ਼ਦੀਕ ਪਿੰਡ ਝਬਾਲ ਦੇ ਸਰਪੰਚ ਦਾ ਅਚਾਨਕ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। ਅਵਨ ਕੁਮਾਰ ਉਰਫ ਸੋਨੂ ਚੀਮਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਦਿਨ ਦਿਹਾੜੇ ਸਵੇਰ ਦੀ ਘਟਨਾ ਹੁੰਦੀ ਹੈ, 14 ਜਨਵਰੀ ਨੂੰ ਇਹ ਵਾਪਰਦੀ ਹੈ ਜਦੋਂ ਸਲੂਨ ਦੇ ਅੰਦਰ ਸ਼ੂਟਰ ਵੜ ਜਾਂਦੇ ਨੇ ਅਤੇ ਉਸ ਨੂੰ ਗੋਲੀਆਂ ਮਾਰ ਕੇ ਉੱਥੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਸੋਨੂ ਚੀਮਾ ਜਿਹੜਾ ਆ ਉਸ ਦੇ ਨਾਲ ਕੋਈ ਨਿੱਜੀ ਰੰਜਿਸ਼ ਦੱਸੀ ਜਾ ਰਹੀ ਹੁੰਦੀ ਆ। ਉਸ ਵੇਲੇ ਵੀ ਜੋ ਪੁਲਿਸ ਦੇ ਬਿਆਨ ਹੁੰਦੇ ਉਹਨਾਂ ਮੁਤਾਬਕ ਨਿੱਜੀ ਰੰਜਿਸ਼ ਦੇ ਚੱਲਦੇ ਇਹ ਕਤਲ ਕੀਤਾ ਦੱਸਿਆ ਜਾ ਰਿਹਾ ਹੁੰਦਾ। ਹਾਲਾਂਕਿ ਹੁਣ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਕੁਝ ਵਿਅਕਤੀ ਗ੍ਰਿਫਤਾਰ ਕੀਤੇ ਨੇ, ਕੁਝ ਮੁਲਜ਼ਮ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦੀ ਗਿਣਤੀ 4 ਦੱਸੀ ਜਾ ਰਹੀ ਹੈ। ਇਹਨਾਂ 4 ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਜੇ ਵੀ ਪੁਲਿਸ ਦਾ ਇਹ ਕਹਿਣਾ ਆ ਕਿ 7 ਹੋਰ ਮੁਲਜ਼ਮ ਅਜੇ ਫਰਾਰ ਨੇ ਜਿਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਪੁਲਿਸ ਕਰ ਰਹੀ ਆ, ਔਰ ਇਹਨਾਂ ਤੋਂ ਲੱਭਿਆ ਜਾਵੇਗਾ, ਇਹਨਾਂ ਦੀ ਮਦਦ ਨਾਲ ਲੱਭਿਆ ਜਾ ਸਕਦਾ ਆ, ਕਿਉਂਕਿ ਉਹਨਾਂ 7 ਵਿਅਕਤੀਆਂ ਦੇ ਵਿੱਚ, ਮੁਲਜ਼ਮਾਂ ਦੇ ਵਿੱਚ ਖਾਸ ਕਰਕੇ ਉਹ ਸ਼ੂਟਰ ਵੀ ਮੌਜੂਦ ਨੇ ਜਿਹੜੇ ਫਰਾਰ ਹੋ ਗਏ ਸੀ। ਦੱਸ ਦਈਏ ਕਿ ਅਵਨ ਕੁਮਾਰ ਉਰਫ ਸੋਨੂ ਚੀਮਾ ਨੂੰ ਸਲੂਨ ਦੇ ਅੰਦਰ ਵੜ ਕੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ। ਝਬਾਲ ਦਾ ਸਰਪੰਚ ਦੱਸਿਆ ਜਾਂਦਾ ਸੀ ਔਰ ਉਸ ਨੂੰ ਬੜੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ। ਹਾਲਾਂਕਿ ਇੱਕ ਨਿੱਜੀ ਰੰਜਿਸ਼ ਦੇ ਚੱਲਦੇ ਸਾਰਾ ਉਸ ਵੇਲੇ ਦੱਸਿਆ ਜਾ ਰਿਹਾ ਸੀ, ਹੁਣ ਵੀ ਕਹਾਣੀ ਇਹੀ ਬਣਦੀ ਪਈ ਹੈ ਕਿ ਇੱਕ ਨਿੱਜੀ ਰੰਜਿਸ਼ ਦੇ ਚੱਲਦੇ ਇਹ ਸਭ ਕੁਝ ਕੀਤਾ ਗਿਆ, ਜਿਸ ਦੇ ਵਿੱਚ ਅਜੇ 7 ਹੋਰ ਮੁਲਜ਼ਮ ਅਜੇ ਫਰਾਰ ਨੇ, ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਆ ਪੁਲਿਸ ਜ਼ਰੂਰ ਕਰ ਰਹੀ ਹੈ, ਪਰ ਇਸ ਦੇ ਵਿੱਚ ਜਿਹੜੇ ਫੜੇ ਗਏ ਮੁਲਜ਼ਮ ਨੇ ਉਹਨਾਂ ਦੀ ਪਛਾਣ ਕਿਤੇ ਨਾ ਕਿਤੇ ਕਰ ਲਈ ਗਈ ਹੈ। ਹਰਮਨਿੰਦਰ ਅਤੇ ਜੁਗਰਾਜ ਇਹ 4 ਲੋਕ ਨੇ, ਮੁਲਜ਼ਮ ਨੇ, ਜਿਨ੍ਹਾਂ ਨੂੰ ਆਖਿਰਕਾਰ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਦੇ ਵਿੱਚੋਂ 2 ਤਾਂ ਇਹੋ ਜਿਹੇ ਨੇ ਜਿਨ੍ਹਾਂ ਦੇ ਖਿਲਾਫ਼ ਪਹਿਲਾਂ ਵੀ FIR ਦਰਜ ਦੱਸੀਆਂ ਜਾ ਰਹੀਆਂ ਨੇ, ਔਰ ਅਜੇ ਤੱਕ 7 ਹੋਰ ਲੱਭਣੇ ਬਾਕੀ ਨੇ। 7 ਹੋਰ ਮੁਲਜ਼ਮ ਜਿਹੜੇ ਫਰਾਰ ਨੇ, ਜਿਨ੍ਹਾਂ ਦੇ ਵਿੱਚ ਸ਼ੂਟਰ ਵੀ ਮੌਜੂਦ ਨੇ, ਉਹਨਾਂ ਨੂੰ ਲੱਭਣਾ ਅਜੇ ਬਾਕੀ ਹੈਗਾ। 14 ਜਨਵਰੀ ਨੂੰ ਇਹ ਕਤਲ ਹੋਇਆ ਸੀ। ਝਬਾਲ ਦੇ ਸਰਪੰਚ ਜਿਹੜਾ ਨਾਮ ਸੋਨੂ ਚੀਮਾ ਉਰਫ ਅਵਨ ਕੁਮਾਰ ਦੱਸਿਆ ਜਾਂਦਾ, ਉਸ ਨੂੰ ਸਲੂਨ 'ਚ ਵੜ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ। ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ। ਫਿਲਹਾਲ 4 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ, ਜਿਨ੍ਹਾਂ ਦੇ ਉੱਤੇ ਆਰਮਸ ਐਕਟ ਅਤੇ 302 ਦੀਆਂ ਧਾਰਾਵਾਂ ਅਤੇ ਨਾਲ ਹੋਰ ਵੀ IPC ਦੇ ਜਿਹੜੇ ਬਣਦੇ ਮੁਕੱਦਮੇ ਨੇ ਉਹ ਲਗਾਏ ਗਏ ਨੇ, ਔਰ ਪੁਲਿਸ ਨੇ ਇਹਨਾਂ ਨੂੰ ਹਿਰਾਸਤ 'ਚ ਲੈ ਕੇ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਸੰਬੰਧੀ ਵਧੇਰੀ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਦਾ ਇਸ ਬਾਬਤ ਕੀ ਕਹਿਣਾ ਆਪ ਸੁਣ ਲੈਂਦੇ ਹਾਂ। ਸੋਨੂ ਚੀਮੇ ਦੇ ਮਰਡਰ 'ਚ ਜੀ ਪਹਿਲੇ 14 ਤਰੀਕ ਨੂੰ ਤਾਂ ਸਾਨੂੰ ਜਦੋਂ ਮੌਕੇ 'ਤੇ ਗਏ ਸੀ ਤਾਂ ਐਂ ਲੱਗਿਆ ਸੀਗਾ ਕਿ ਪਤਾ ਨਹੀਂ ਕੌਣ ਨੂੰ ਕਿਹਦੇ ਨਾਲ ਹੈ, ਬਟ ਉਸ ਤੋਂ ਘੰਟੇ ਡੇਢ ਘੰਟੇ ਵਿੱਚ ਹੀ ਅਸੀਂ ਫਿੰਗਰ ਆਊਟ ਕਰ ਲਿਆ ਸੀ ਵੀ ਇਹ ਜਿਹੜਾ ਮਰਡਰ ਹੈਗਾ ਇਹ ਅੰਮ੍ਰਿਤਪਾਲ ਜਿਹੜਾ ਅੰਮ੍ਰਿਤਪਾਲ ਬਾਠ ਹੈ ਉਹਨੇ ਇਹ ਮਰਡਰ ਕਰਵਾਇਆ, ਔਰ ਉਹ ਕਿਸੇ ਕੋਲ ਮੰਨ ਵੀ ਗਿਆ ਸੀ ਵੀ ਮੈਂ ਮਰਡਰ ਕਰਾਇਆ, ਅਤੇ ਕਿਉਂਕਿ ਉਹਨਾਂ ਦੀ ਇਹਨਾਂ ਦੀ ਕੋਈ ਉਹਦੀ ਆਪਸੀ ਰੰਜਿਸ਼ਬਾਜ਼ੀ ਸੀਗੀ ਅਤੇ ਇੱਧਰੋਂ ਤਾਂ ਨਹੀਂ ਲੱਗਦਾ ਕੋਈ ਸੀ, ਬਟ ਉਹਦੇ 'ਤੇ ਪਹਿਲੇ ਵੀ ਗੈਂਗਸਟਰ ਟਾਈਪ ਬੰਦਾ 15-16 ਮੁਕੱਦਮੇ ਜਿਹੜੇ ਆ ਉਹਦੇ 'ਤੇ ਪਹਿਲੇ ਦਰਜ ਹੈਗੇ 302 307 ਦੇ, ਤਾਂ ਉਹਦੇ 'ਚ ਕਾਫਿਰ ਜਦੋਂ ਅਸੀਂ ਜ਼ੀਰੋ ਇਹਦੇ 'ਚ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਅੱਗੇ ਚੱਲਦੇ ਗਏ, ਉਸ ਤੋਂ ਲੱਗਿਆ ਵੀ ਕਾਫੀ ਲੋਕ ਜਿਹੜੇ ਆ ਇਹਦੇ ਨੇੜੇ ਦੇ ਬੰਦੇ ਸੀਗੇ ਜਿਹੜੇ ਇਹਦੇ ਸੱਚਾ ਹੱਥ ਕਹਿ ਲਓ ਸੀਗੇ, ਕੋਈ DC ਸੀਗਾ ਜਿਹੜਾ ਇਹਦਾ PA ਦਾ ਕੰਮ ਕਰਦਾ, ਜਾਂ ਜੁਗਰਾਜ ABS UV ਸੀਗਾ, ਹੋਰ ਬੰਦੇ ਮੋਨੂ ਵਗੈਰਾ ਸੀਗੇ, ਉਹ ਸਾਰੇ ਕਈ ਘਰੋਂ ਪਾਸੇ ਹੋਏ ਸੀ। ਇੱਕ ਇੱਕ ਕਰਕੇ ਜਦੋਂ ਉਹ ਲਿਆਉਣੇ ਸ਼ੁਰੂ ਕੀਤੇ ਤਾਂ ਗੱਲ ਸਾਨੂੰ ਸਾਰੀ ਕਲੀਅਰ ਹੋ ਗਈ ਵੀ ਕਿੰਨੇ ਬੰਦੇ ਸਾਂਭੇ ਸੀ, ਕਿੰਨੇ ਠਾਰ ਦਿੱਤੀ ਸੀ, ਤਾਂ ਉਸ 'ਚ ਹੁਣ ਤੱਕ ਜਿਹੜੇ ਆ 5 ਬੰਦਿਆਂ ਦੀ ਅਸੀਂ ਅਰੈਸਟ ਪਾ ਚੁੱਕੇ ਹਾਂ, ਔਰ ਇੱਕ ਅੰਮ੍ਰਿਤਪਾਲ ਜਿਹੜਾ ਅੰਮ੍ਰਿਤਪਾਲ ਬਾਠ ਹੈਗਾ ਇਹ ਮੇਨ ਕੌਨਸਪਰੇਟਰ ਹੈ, ਔਰ ਉਸ ਤੋਂ ਇਲਾਵਾ ਇੱਕ ਠੋਲੂ ਕਰਕੇ ਫਿਗਰ ਆਊਟ ਹੋਇਆ, ਐਂਡ ਉਹ ਹਾਲ ਦੀ ਘੜੀ ਬਾਹਰ ਹੈ, ਉਹ ਪਹਿਲੇ ਬਾਹਰ ਭੱਜ ਗਿਆ ਸੀਗਾ, ਆਇਆ ਸੀਗਾ 23 ਤਰੀਕ ਨੂੰ ਔਰ 24 ਤਰੀਕ ਨੂੰ ਫਿਰ ਉਹ ਨਿਕਲ ਗਿਆ ਬਾਹਰ।
ਤਾਂ ਉਹਦੇ ਇੱਕ ਉਹ ਰਹਿ ਗਿਆ, ਉਸ ਤੋਂ ਇਲਾਵਾ ਦੋ ਜਿਹੜੇ ਸ਼ੂਟਰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਮੇਨ, ਉਹ ਹਜੇ ਤੱਕ ਸਾਡੇ ਲਈ ਅਨਆਡੈਂਟੀਫਾਈਡ ਹੈ। ਪਰ ਇਹ ਸਾਰੀ ਕੌਨਸਪਿਰੇਸੀ 'ਚ ਜਿਹੜੇ ਬੰਦੇ, ਪੰਜ ਅਸੀਂ ਅਰੈਸਟ ਕਰ ਚੁੱਕੇ ਹਾਂ ਹਜੇ ਤੱਕ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।